अज 203 एकड़ जी भंबोतार दियां चार पंचायतों ने उन्हां पिंडां दे लोकां ने आप अगे आके जमीन जी पंजाब सरकार नूं दित्ती आ, क्योंकि ये जमीन पंजाब सरकार की भी है, पंजाब के सवा तीन साढ़े तीन करोड़ लोगों की भी है। जदों असी मंजूरी लैके इसकी कटाई करांगे बड़ी वड्डी इनकम पंजाब सरकार नूं आ सकती है, तो वह जिहड़े पैसे आने वो तुहाडे पिंडां दीआं पंचायतां दे लगणे आ। जे तुसां अगे आके जमीन पंजाब सरकार दी पंजाब सरकार दे अधीन कीती आ पंचायत महकमे दी, ते इह पैसे तुहाडे पिंडां दे विच ही लगणे। ਜਿਵੇਂ ਤੁਸੀਂ ਡਿਮਾਂਡ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਸਟੇਡੀਅਮ, ਜਿੱਥੇ ਇਹ ਸਟੇਡੀਅਮ ਜਿਹੜਾ ਕੰਪਲੀਟ ਕਰਾਇਆ ਜਾਵੇ, ਇਸ ਸਟੇਡੀਅਮ ਨੂੰ ਆਪਾਂ ਉਸ ਪੰਚਾਇਤ ਦੇ ਖਾਤੇ ਵੀ, ਤੇ ਆਪਾਂ ਨਰੇਗਾ ਚ ਮੈਂ ਚੀਫ ਇੰਜੀਨੀਅਰ ਦੀ ਡਿਊਟੀ ਲਾਉਣਾ, ਨਰੇਗਾ ਦੇ ਵਿੱਚ ਆਪਾਂ ਪ੍ਰੋਜੈਕਟ ਬਣਾ ਕੇ ਇਹਨੂੰ ਛੇਤੀ ਆਪਾਂ ਕੰਪਲੀਟ ਕਰਦੇ ਹਾਂ। ਜੇ ਮੈਂ ਆਪਦੇ ਅਖਤਿਆਰੀ ਚੋਣ ਦੇ 5 ਲੱਖ ਦੇ ਵਿੱਚ 7 ਲੱਖ ਇਹਦੇ ਤੇ ਭਾਵੇਂ ਲੱਗੇ, 40 ਲੱਖ ਭਾਵੇਂ 50 ਲੱਖ ਲੱਗੇ, ਆਪਾਂ ਇਹਦਾ ਬਣਾ ਕੇ ਪ੍ਰੋਜੈਕਟ ਇਹਨੂੰ ਆਪਾਂ ਛੇਤੀ ਕੰਪਲੀਟ ਕਰਦੇ ਹਾਂ। ਬਾਕੀ ਚੌਥੀ ਡਿਮਾਂਡ ਹੈ ਤੁਹਾਡੀ ਬੱਸਾਂ ਦੀ, ਉਹ ਤੁਹਾਡੇ ਭਰਾ ਕੋ ਮਹਿਕਮਾ MLA ਸਾਹਿਬ ਨੇ ਪਹਿਲਾਂ ਹੀ ਮੇਰੇ ਧਿਆਨ 'ਚ ਲਿਆਂਦਾ ਸੀ, ਜਿਹੜੇ ਜਿਹੜੇ ਰੂਟ ਆਪਣੇ ਬੰਦ ਪਏ ਆ ਉਹ ਰੂਟ ਆਪਾਂ ਜਲਦੀ ਚਲਾ ਦਾਂਗੇ, ਡਰਾਈਵਰ ਤੇ ਕਨੈਕਟਰ ਨੂੰ ਭਰਤੀ ਕਰ ਲਿਆ, ਤੇ ਛੇਤੀ ਤੁਹਾਡੇ ਰੂਟ ਜਿਹੜੇ ਬੰਦ ਪਏ ਉਹ ਚਲਾ ਦਾਂਗੇ, ਕਿਉਂਕਿ ਮੈਨੂੰ ਵੀ ਪਤਾ ਇੱਥੇ ਵੱਡੀ ਲੋੜ ਆ ਬੱਸਾਂ ਦੇ ਰੂਟ ਚੱਲਣ ਦੀ। ਸਾਡੀਆਂ ਧੀਆਂ ਜਿਹੜੀਆਂ ਛੋਟੀਆਂ ਛੋਟੀਆਂ ਧੀਆਂ ਨੇ ਪੜ੍ਹ ਜਾਣਾ ਦਾ ਦੂਰ ਦੁਰਾਡੇ ਕਿਹੜਾ ਸ਼ਹਿਰਾਂ ਚੰਗੇ ਸਕੂਲਾਂ 'ਚ ਚੰਗੇ ਇੰਸਟੀਚਿਊਟ 'ਚ, ਉਹ ਕਈ ਵਾਰ ਇਸੇ ਗੱਲੋਂ ਰਹਿ ਜਾਂਦੇ ਆ, ਕੋਈ ਵੀ ਗੱਲ ਨਹੀਂ ਜਾਣ ਨੂੰ ਦਾ, ਮੁੰਡੇ ਤੇ ਚਲੋ ਕਿਸੇ ਨਾਲ ਚੜ ਕੇ ਚਲ ਕੇ ਜਾਂ ਆਪਦੇ ਮੋਟਰਸਾਈਕਲ ਤੇ ਚਲ ਗਏ, ਧੀਆਂ ਥੋੜਾ ਜਿਹਾ ਸੰਗਦੀਆਂ ਵੀ ਰਹਿ ਜਾਂਦੀਆਂ, ਕਿਰਾਂ ਬਾਬੇ ਵੀ ਮੇਜ ਕਰ ਜਾਂਦੇ ਆ ਵੀ ਇਕੱਲੀ ਕੁੜੀ ਨੂੰ ਕਿੱਥੇ ਘੱਲਣਾ, ਪਰ ਧੀਆਂ ਜਿਹੜੀਆਂ ਮੁੰਡਿਆਂ ਨੂੰ ਵੱਧ ਇੰਟੈਲੀਜੈਂਟ ਹੁੰਦੀਆਂ, ਜੇ ਧੀਆਂ ਨੂੰ ਵੱਧ ਪੜ੍ਹਾਇਓ, ਮੈਂ ਹਰ ਥਾਂ ਤੇ ਗੱਲ ਕਰਦਾ ਨਾ, ਧੀਆਂ ਕਰਮ ਵਾਲੀਆਂ ਹੁੰਦੀਆਂ, ਤੇ ਕੋਸ਼ਿਸ਼ ਇਹੋ ਕਰਿਓ ਤੁਹਾਡਾ ਕੰਡੀ ਮੁੰਡਿਆਂ ਨੂੰ ਤਾਂ ਪੜ੍ਹਾਉਣਾ ਪੜ੍ਹਾਉਣਾ, ਕੁੜੀਆਂ ਨੂੰ ਮੁੰਡਿਆਂ ਨੂੰ ਵੀ ਵੱਧ ਪੜ੍ਹਾਇਓ। ਸਾਡੀਆਂ ਕੁੜੀਆਂ ਅੱਜ DC, SSP, IG, DIG, DGP ਤੱਕ ਵੱਡੇ ਵੱਡੇ ਅਹੁਦਿਆਂ ਤੇ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਪ੍ਰਧਾਨ ਮੰਤਰੀ ਤੱਕ ਪਹੁੰਚ ਗਈਆਂ। ਹੁਣ ਤੁਸੀਂ ਇਹ ਫਿਕਰ ਨਾ ਕਰਿਓ, ਨਾ ਕੋਈ ਚੱਲਣੀ ਸਿਫਾਰਿਸ਼, ਨਾ ਕੋਈ ਚੱਲਣੀ ਰਿਸ਼ਵਤ, ਤੇ ਨਾ ਕੋਈ ਭਾਈ ਭਤੀਜਾਵਾਦ, ਨਾ ਕਿਸੇ ਮੁੱਖ ਮੰਤਰੀ ਨੇ ਸਿਫਾਰਿਸ਼ ਕਰਨੀ, ਨਾ ਮੰਤਰੀ ਨੇ, ਨਾ ਕਿਸੇ MLA ਨੇ। ਜਿਹੜਾ ਬੱਚਾ ਮੈਰਿਟ ਦੇ ਵਿੱਚ ਵੱਧ ਨੰਬਰ ਲੈ ਕੇ ਪਾਸ ਹੋ, ਉਹ ਬੱਚੇ ਨੇ ਨੌਕਰੀ ਤੇ ਆਉਣਾ, ਬੱਚੇ ਜੱਜ ਵੀ ਉਹ ਬਣਨਗੇ ਜਿਹੜੇ ਪੜ੍ਹ ਕੇ ਲਿਖ ਕੇ ਬਣਨਗੇ, ਬੱਚੇ DC ਵੀ ਉਹ ਬਣਨਗੇ ਜਿਹੜੇ ਪੜ੍ਹ ਲਿਖ ਕੇ ਇੰਟੈਲੀਜੈਂਟ ਬੱਚੇ ਜਿਹੜੇ ਮੈਰਿਟ ਦੇ ਵਿੱਚ ਆਉਣਗੇ। ਪਿਛਲੀਆਂ ਸਰਕਾਰਾਂ ਵਾਂਗ ਨਹੀਂ ਕਿ ਪੇਪਰ ਲੀਕ ਹੋ ਜੇ ਤੇ ਬਾਹਰੋਂ ਪੇਪਰ ਹਾਲੋ ਗਿਆ ਜੇ, ਜਿਹੜੇ ਬੱਚੇ ਕੋਲ ਪੇਪਰ ਆ ਗਿਆ ਉਹ ਪਾਸ ਹੋ ਜਾਊਗਾ, ਤੇ ਜਿਹਦੇ ਕੋਲ ਨਾ ਆਇਆ ਉਹ ਭਾਵੇਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ ਉਹਨੇ ਰਹਿ ਜਾਣਾ। ਬਾਕੀ ਫਿਰ ਮੈਂ ਦੱਸਣ ਲੱਗਾ, ਸਰਪੰਚ ਆਪਦੀ ਤਾਕਤ ਨੂੰ ਪਛਾਣਨ। ਕਈ ਜਿਹੜਾ ਹੁੰਦਾ ਸਰਪੰਚ ਡਰ ਜਾਂਦੇ ਆ ਵੀ ਨਰੇਗਾ 'ਚ ਜੇ ਕੰਮ ਕਰਾਇਆ ਸ਼ਾਇਦ ਪੇਮੈਂਟ ਦਾ ਆਵੇ, ਇਸ ਗੱਲੋਂ ਡਰ ਦੀ ਝਗੜ ਦੀ ਲੋੜ ਨਹੀਂ, ਤੁਸੀਂ ਕੰਮ ਕਰਾਓ, ਜਿੱਦਾਂ ਤੁਹਾਡਾ ਕੰਮ ਕੰਪਲੀਟ ਹੋ ਜੂ, ਕੰਮ ਸਾਰਾ ADC ਸਾਹਿਬ, DDPO ਸਾਹਿਬ ਨੂੰ ਕਿਹੋ ਪ੍ਰੋਜੈਕਟ ਸਹੀ ਢੰਗ ਨਾਲ ਬਣਾ ਕੇ ਸਾਨੂੰ ਭੇਜਣ। 2-2.5 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ 1-1 ਰੁਪਈਆ, 1-1 ਲੇਬਰ ਦਾ ਰੁਪਈਆ, 1-1 ਤੁਹਾਡੇ ਮਟੀਰੀਅਲ ਦਾ, ਸਾਰੇ ਦਾ ਸਾਰੀ ਤੁਹਾਡੀ ਪੇਮੈਂਟ ਕਰਾਂਗੇ, ਕਿਸੇ ਦੀ 1 ਰੁਪਈਆ ਨਹੀਂ ਰਹਿਣ ਦਿੰਦੇ। ਤੇ ਕਈ ਸਾਡੇ ਸਰਪੰਚ ਭਰਾ ਸੈਕਟਰੀਆਂ ਤੇ ਡਿਪੈਂਡ ਨੇ, ਅਫਸਰਾਂ ਤੇ ਡਿਪੈਂਡ ਨੇ, ਵੀਰੋ ਸੈਕਟਰੀਆਂ ਦਾ ਕੰਮ ਸਿਰਫ ਇੰਨਾ ਵਾ, ਜਿਹੜਾ ਰਿਕਾਰਡ ਆ ਉਹਨੂੰ ਸਾਂਭ ਸੰਭਾਲ ਕੇ ਰੱਖਣਾ, ਉਹ ਪੂਰਾ ਕਰਕੇ ਰੱਖਣਾ, ਕੰਮ ਸਾਰਾ ਕਰਨਾ ਹੁੰਦਾ ਸਰਪੰਚ ਨੇ। ਸਰਪੰਚ ਲੋਕਾਂ ਦਾ ਚੁਣਿਆ ਨੁਮਾਇੰਦਾ ਹੁੰਦਾ, ਗ੍ਰਾਮ ਸਭਾ ਦੇ ਇਜਲਾਸ ਸਤੋਂ ਪਿੰਡਾਂ ਦੇ ਵਿੱਚ ਗਾਹ ਆਪਾਂ ਇਹੋ ਕੋਸ਼ਿਸ਼ ਕਰਾਂਗੇ ਕਿ ਗ੍ਰਾਮ ਸਭਾ ਦੇ ਇਜਲਾਸ ਹੋਣ ਤੇ ਉਹਦੇ ਵਿੱਚ ਮਤੇ ਪਾਏ ਜਾਣ, ਜਿਹੜਾ ਮਤਾ ਗ੍ਰਾਮ ਸਭਾ ਇਜਲਾਸ ਦੇ ਵਿੱਚ ਪੈ ਗਿਆ ਉਹ ਕੰਮ ਤੁਹਾਡਾ ਅਫਸਰਾਂ ਨੂੰ ਕਰਨਾ ਹੀ ਪੈਣਾ ਵਾ, ਉਹ ਕੰਮ ਕੋਈ ਵੀ ਨਹੀਂ ਰੋਕ ਸਕਦਾ, ਤੇ ਉਹਦੀ ਪੇਮੈਂਟ ਵੀ ਆਉਣੀ ਆ। ਮੇਰੇ ਬਹੁਤ ਹੀ ਸਤਿਕਾਰਯੋਗ ਸਰਪੰਚ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ 203 ਏਕੜ ਜਿਹੜੀ ਭੰਬੋਤਾਰ ਦੀਆਂ 4 ਪੰਚਾਇਤਾਂ ਨੇ ਉਹਨਾਂ ਪਿੰਡਾਂ ਦੇ ਲੋਕਾਂ ਨੇ ਆਪ ਅੱਗੇ ਆ ਕੇ ਜ਼ਮੀਨ ਜਿਹੜੀ ਪੰਜਾਬ ਸਰਕਾਰ ਨੂੰ ਦਿੱਤੀ ਆ, ਜਿਹਦੇ ਵਿੱਚ ਭੰਬੋਤਾਰ ਤੋਂ ਸਰਪੰਚ ਸਰਦਾਰ ਕਰਨੈਲ ਸਿੰਘ ਜੀ, ਭੰਬੋਤਾਰ ਅੱਪਰ ਤੋਂ ਸ੍ਰੀ ਕਰਗੋਚਨ ਸਿੰਘ ਜੀ, ਭੰਬੋਤਪੁਰੀ ਤੋਂ ਸ੍ਰੀ ਕੁਲਜੀਤ ਸਿੰਘ ਜੀ, ਭੰਬੋਤਪੁਰੀ ਹਾਰ ਤੋਂ ਸ੍ਰੀ ਕੁਲਦੀਪ ਕੁਮਾਰ ਜੀ, ਇਹਨਾਂ ਸਰਪੰਚਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਧੰਨਵਾਦ ਕਰਦਾ, ਕਿਉਂਕਿ ਇਹ ਜ਼ਮੀਨ ਪੰਜਾਬ ਸਰਕਾਰ ਦੀ ਵੀ ਆ, ਤੇ ਪੰਜਾਬ ਦੇ ਸਵਾ ਤਿੰਨ ਸਾਢੇ ਤਿੰਨ ਕਰੋੜ ਲੋਕਾਂ ਦੀ ਵੀ ਆ। ਇਹ 203 ਏਕੜ ਜ਼ਮੀਨ ਹੈ ਜਿਹੜੀ ਬੜੀ ਉਪਜਾਊ ਤੇ ਬੜੀ ਮਿਹਨਤੀ ਲੋਕਾਂ ਨੇ ਇੱਥੇ ਕੰਮ ਕਰ ਕਰਕੇ ਖੈਰਦੀ ਤੇ ਨਾਲ ਸਾਗਵਾਨ ਦੀ ਜਿਹੜੀ ਲੱਕੜ ਆ ਬੜੀ ਮਹਿੰਗੀ ਲੱਕੜ ਮਿਹਨਤ ਕਰ ਕਰਕੇ ਉਹ ਬੜੀ ਤਿਆਰ ਕੀਤੀ ਹੈ, ਜਿਹਦੇ ਤੋਂ ਬੜੀ ਵੱਡੀ ਇਨਕਮ ਜਦੋਂ ਅਸੀਂ ਮਨਜ਼ੂਰੀ ਲੈ ਕੇ ਇਹਦੀ ਕਟਾਈ ਕਰਾਂਗੇ ਬੜੀ ਵੱਡੀ ਇਨਕਮ ਪੰਜਾਬ ਸਰਕਾਰ ਨੂੰ ਆ ਸਕਦੀ ਹੈ, ਤੇ ਆਉਣ ਵਾਲੇ ਸਮੇਂ 'ਚ ਫਿਰ ਕਟਾਈ ਕਰਕੇ ਆਪਾਂ ਨਵੇਂ ਸਿਰਿਓਂ ਫਿਰ ਇੱਥੇ ਸਾਗਵਾਨ ਦੀ ਖੇਤੀ ਕਰ ਸਕਦੇ ਹਾਂ, ਕਿਉਂਕਿ ਇਹ ਜ਼ਮੀਨ ਇੰਨੀ ਜ਼ਿਆਦਾ ਉਪਜਾਊ ਆ
ਕੁਝ ਹੀ ਸਾਲਾਂ ਦੇ ਵਿੱਚ ਇੱਥੇ ਸਾਗਵਾਨ ਦਾ ਦਰਖਤ ਜਿਹੜਾ ਤਿਆਰ ਹੋ ਕੇ ਕਟਾਈ ਦੇ ਯੋਗ ਹੋ ਜਾਂਦਾ ਤੇ ਉਹ ਜਿਹੜੇ ਪੈਸੇ ਆਉਣੇ ਆ ਉਹ ਤੁਹਾਡੇ ਪਿੰਡਾਂ ਦੀਆਂ ਪੰਚਾਇਤਾਂ ਦੇ ਲੱਗਣੇ ਆ। ਜੇ ਤੁਸੀਂ ਅੱਗੇ ਆ ਕੇ ਜ਼ਮੀਨ ਪੰਜਾਬ ਸਰਕਾਰ ਦੇ ਅਧੀਨ ਕੀਤੀ ਆ ਪੰਚਾਇਤ ਮਹਿਕਮੇ ਦੇ ਤੇ ਇਹ ਪੈਸੇ ਤੁਹਾਡੇ ਪਿੰਡਾਂ ਦੇ ਵਿੱਚ ਹੀ ਲੱਗਣੇ ਆ। ਜਿਵੇਂ ਤੁਸੀਂ ਡਿਮਾਂਡ ਕੀਤੀ ਕਿ ਆ ਸਾਡੇ ਪਿੰਡ ਦੇ ਵਿੱਚ ਜਿਹੜਾ ਸਟੇਡੀਅਮ ਜਿੱਥੇ ਆਪਾਂ ਬੈਠੇ ਆ ਇਹ ਸਟੇਡੀਅਮ ਜਿਹੜਾ ਕੰਪਲੀਟ ਕਰਾਇਆ ਜਾਵੇ, ਇਹ ਸਟੇਡੀਅਮ ਨੂੰ ਆਪਾਂ ਉਸ ਪੰਚਾਇਤ ਦੇ ਖਾਤੇ ਵੀ ਤੇ ਆਪਾਂ ਨਰੇਗਾ ਚ, ਮੈਂ ਚੀਫ ਇੰਜੀਨੀਅਰ ਦੀ ਡਿਊਟੀ ਲਾਉਣਾ, ਨਰੇਗਾ ਦੇ ਵਿੱਚ ਆਪਾਂ ਪ੍ਰੋਜੈਕਟ ਬਣਾ ਕੇ ਇਹਨੂੰ ਛੇਤੀ ਆਪਾਂ ਕੰਪਲੀਟ ਕਰਦੇ ਹਾਂ। ਜੇ ਮੈਂ ਆਪਦੇ ਤਿਆਰੀ ਕੋਲ 5 ਲੱਖ ਦੇ ਵਿੱਚ 7 ਲੱਖ ਇਹਦੇ ਤੇ ਭਾਵੇਂ ਲੱਗੇ, 40 ਲੱਖ ਭਾਵੇਂ 50 ਲੱਖ ਲੱਗੇ, ਆਪਾਂ ਇਹਦਾ ਬਣਾ ਕੇ ਪ੍ਰੋਜੈਕਟ ਇਹਨੂੰ ਆਪਾਂ ਛੇਤੀ ਕੰਪਲੀਟ ਕਰਦੇ ਹਾਂ। ਬਾਕੀ ਤੁਸੀਂ ਡਿਮਾਂਡ ਰੱਖੀ ਹੈ ਕਿ MLA ਸਾਹਿਬ ਨੇ ਵੀ ਦੱਸਿਆ, ਸਾਡੇ ਕਹਿ ਦਿੰਦੇ ਆ ਸ਼ੀਸ਼ਰਾ ਜਾਂ ਮਸਾਵੀ ਕਹਿ ਦਿੰਦੇ ਆ, ਨਕਸ਼ਾ ਵੀ ਕਹਿ ਦਿੰਦੇ ਆ, ਤੁਹਾਡੇ ਲੱਖਾ ਕਹਿੰਦੇ ਆ, ਲੱਖਾ ਕਹਿੰਦੇ ਆ, ਲੱਖਾ ਕਹਿ ਦਿੰਦੇ ਆ ਤੇ ਉਹ MLA ਸਾਹਿਬ ਨੇ ਦੱਸਿਆ ਵੀ ਉਹ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਆ। ਉਹ ਲੱਖਾ ਵੀ ਜ਼ਰੂਰੀ ਆ ਕਿਉਂਕਿ 4 ਪਿੰਡਾਂ ਦੀ ਪੰਚਾਇਤਾਂ ਦੀ ਨਹੀਂ ਗੱਲ, ਹੋਰ ਪਿੰਡਾਂ ਨੂੰ ਵੀ ਇਹ ਜਿਹੜਾ ਸ਼ੀਸ਼ਰਾ ਲੱਖਾ ਹੈ ਜ਼ਰੂਰੀ ਹੁੰਦਾ। ਸਾਨੂੰ ਪਤਾ ਦੇ ਲੱਗੇ ਸਾਡੀ ਪੰਚਾਇਤੀ ਜ਼ਮੀਨ ਕਿੱਥੋਂ ਤੱਕ ਆ ਤੇ ਸਾਡੀ ਜਿਹੜੀ ਆਪਦੀ ਮਾਲਕੀ ਹੈ ਸਾਡੇ ਕਿਸਾਨਾਂ ਦੀ ਉਹ ਕਿੱਥੋਂ ਤੱਕ ਹੈ। ਜਿੰਨਾ ਚਿਰ ਸਾਡੇ ਕੋਲ ਲੱਖਾ ਨਹੀਂ ਹੈਗਾ ਉਹਨਾਂ ਚਿਰ ਸਾਨੂੰ ਇਹ ਪਤਾ ਨਹੀਂ ਲੱਗਣਾ ਕਿਹੜਾ ਨੰਬਰ ਕੀ ਦਾ ਕਿਹੜਾ ਨੰਬਰ ਕੀ ਦਾ। ਦੇਖੋ ਆਪਣੇ ਵਰਤ ਕੇਂਦਰਾਂ ਦੇ ਵਿੱਚ ਜ਼ਮੀਨ ਆਪਣੇ ਨਾਮ ਬੋਲਦੀ ਹੁੰਦੀ ਆ, ਪਰ ਜਿੰਨਾ ਚਿਰ ਆਪਣੇ ਕੋਲ ਲੱਖਾ ਨਹੀਂ ਪੂਰੀ ਚੰਗੀ ਤਰ੍ਹਾਂ ਨਿਸ਼ਾਨਦੇਹੀ ਨਹੀਂ ਹੋ ਸਕਦੀ। ਭਾਵੇਂ ਆਪਾਂ ਕੰਪਿਊਟਰ ਨਾਲ ਨਿਸ਼ਾਨਦੇਹੀ ਕਰੀਏ, ਆਪਾਂ ਨੂੰ ਬੁਰਜੀਆਂ ਦਾ ਵੀ ਪਤਾ ਹੋਵੇ, ਪਰ ਜਿੰਨਾ ਚਿਰ ਲੱਖਾ ਕੋਲ ਨਾ ਹੋਵੇ ਉਹਨਾਂ ਚਿਰ ਆਪਾਂ ਸਹੀ ਢੰਗ ਨਾਲ ਨਹੀਂ ਕਰ ਸਕਦੇ। ਬਾਕੀ ਵੱਡੀ ਲੋੜ ਵੀ ਆ ਕਿਉਂਕਿ ਅਜੇ ਜਿਹੜੀ 50 ਏਕੜ ਜਿਹਦੇ ਵਿੱਚ ਲੋਕਾਂ ਦੇ ਘਰ ਬਣੇ ਆ, ਹਵੇਲੀਆਂ ਬਣੀਆਂ, ਉਹ ਵੀ ਜੇ ਕੋਈ ਪਾਲਿਸੀ ਆਪਾਂ ਬਣਾਉਂਦੇ ਆ ਸਰਕਾਰ ਪਾਲਿਸੀ, ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕਿ ਜਿਨ੍ਹਾਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਸ਼ਾਮ ਵਾਲ ਜ਼ਮੀਨਾਂ ਦੇ ਵਿੱਚ ਲੋਕਾਂ ਦੇ ਘਰ ਬਣੇ ਆ, ਹਵੇਲੀਆਂ ਜਾਂ ਬਿਲਡਿੰਗਾਂ ਬਣੀਆਂ, ਉਹਦੀ ਵੀ ਕੋਈ ਨਾ ਕੋਈ ਪਾਲਿਸੀ ਲਿਆਂਦੀ ਜਾਵੇ ਵੀ ਜੇ ਲੋਕ ਆਪ ਚਾਹੁੰਦੇ ਆ ਵੀ ਜਾਂ ਸਾਡੇ ਤੋਂ ਪੈਸੇ ਲੈ ਲਓ ਤੇ ਜਾਂ ਸਾਡੇ ਤੋਂ ਜ਼ਮੀਨਾਂ ਲੈ ਲਓ, ਵੀ ਅਸੀਂ ਜੇ ਬਣਾ ਬੈਠੇ ਸਾਨੂੰ ਉਦੋਂ ਪਤਾ ਨਹੀਂ ਵੀ ਇਹ ਪੰਚਾਇਤੀ ਜ਼ਮੀਨ ਆ। ਲੋਕ ਆਪ ਅੱਗੇ ਆ ਕੇ ਤੈਨੂੰ ਤਿਆਰ ਨੇ ਕਿਉਂਕਿ ਲੋਕਾਂ ਨੂੰ ਵੀ ਪਤਾ ਵੀ ਅਸੀਂ ਘਰ ਦੇ ਮਾਲਕ ਤਾਂ ਹੀ ਪਹਿਲਾਂ ਜੇ ਥੱਲੜੀ ਜ਼ਮੀਨ ਸਾਡੇ ਨਾਂ ਆਊਗੀ। ਹਰ ਬੰਦਾ ਚਾਹੁੰਦਾ ਵੀ ਮੇਰੇ ਪੁੱਤ ਪੋਤਰੇਗਾ ਜਿਹੜੇ ਆ ਉਹ ਕਿਸੇ ਝਮੇਲੇ 'ਚ ਨਾ ਪੈਣ, ਕਿਸੇ ਝਗੜੇ 'ਚ ਨਾ ਪੈਣ, ਫਿਰ ਚਾਹੀਦਾ ਵੀ ਇਹੋ ਹੀ ਆ। ਜਿਹੜੀ ਸਾਡੀ ਜ਼ਮੀਨ ਆ, ਜਾਇਦਾਦ ਆ ਜਾਂ ਸਾਡਾ ਘਰ ਮਕਾਨ ਆ ਉਹ ਸਾਡੇ ਨਾਂ ਹੋਵੇ ਤੇ ਕਹਿੰਦਾ ਸਾਡੇ ਪੁੱਤ ਪੋਤਰੇ ਨਾਂ ਤੇ ਸਰਕਾਰ ਨਾਲ ਨਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਝਗੜਦੇ ਫਿਰਨ, ਇਹਦੇ ਚਾਹੀਦੀ ਹੈ ਸਾਫ਼ ਸੁਥਰੀ ਜਾਇਦਾਦ ਹੋਵੇ ਜਿਹੜੀ ਸਾਡੇ ਨਾਂ ਦੀ ਹੋਵੇ। ਲੱਖਾਂ ਵੀ ਲੈ ਕੇ ਆਵਾਂਗੇ ਤੇ ਬਾਕੀ ਰਹੀ ਗੱਲ ਮਹੱਲਾ ਕਲੀਨਿਕ ਦੀ ਜਿਹੜੀ ਤੀਜੀ ਮੰਗ ਰੱਖੀ ਆ, ਮਹੱਲਾ ਕਲੀਨਿਕ ਵੀ ਤੁਹਾਡੇ MLA ਸਾਹਿਬ ਨੇ ਜਿਹੜਾ ਉਹ ਗੁਆਤਾ ਜਿਹੜੀ ਆ ਤੁਹਾਡੇ ਸ਼ੀਰ ਮਹੱਲਾ ਕਲੀਨਿਕ ਦਿੱਤੀ ਆ ਤੁਹਾਡੇ ਸੂਏ ਹਲਕੇ ਨੂੰ, ਉਹਦੇ ਵਿੱਚ ਇਹ ਵੀ ਛੇਤੀ ਬਣ ਕੇ ਤਿਆਰ ਹੋ ਜਾਣਾ। ਬਾਕੀ ਚੌਥੀ ਡਿਮਾਂਡ ਹੈ ਤੁਹਾਡੀ ਬੱਸਾਂ ਦੀ, ਉਹ ਤੁਹਾਡੇ ਭਰਾ ਕੋ ਮਹਿਕਮਾ MLA ਸਾਹਿਬ ਨੇ ਪਹਿਲਾਂ ਹੀ ਮੇਰੇ ਧਿਆਨ 'ਚ ਲਿਆਂਦਾ ਸੀ ਜਿਹੜੇ ਜਿਹੜੇ ਰੂਟ ਆਪਣੇ ਬੰਦ ਪਏ ਆ ਉਹ ਰੂਟ ਆਪਾਂ ਜਲਦੀ ਚਲਾ ਦਾਂਗੇ, ਡਰਾਈਵਰ ਤੇ ਕੰਡਕਟਰ ਉਹ ਭਰਤੀ ਕਰ ਲਿਆ ਤੇ ਛੇਤੀ ਤੁਹਾਡੇ ਰੂਟ ਜਿਹੜੇ ਬੰਦ ਪਏ ਉਹ ਚਲਾ ਦਾਂਗੇ ਕਿਉਂਕਿ ਮੈਨੂੰ ਵੀ ਪਤਾ ਇੱਥੇ ਵੱਡੀ ਲੋੜ ਆ ਬੱਸਾਂ ਦੇ ਰੂਟ ਚੱਲਣ ਦੀ। ਸਾਡੀਆਂ ਧੀਆਂ ਜਿਹੜੀਆਂ ਛੋਟੀਆਂ ਛੋਟੀਆਂ ਧੀਆਂ ਨੇ ਪੜ੍ਹ ਜਾਣਾ ਦਾ ਦੂਰ ਦੁਰਾਡੇ ਕਿਹੜਾ ਸ਼ਹਿਰਾਂ ਚੰਗੇ ਸਕੂਲਾਂ 'ਚ ਚੰਗੇ ਇੰਸਟੀਚਿਊਟ 'ਚ, ਉਹ ਕਈ ਵਾਰ ਇਸੇ ਗੱਲੋਂ ਰਹਿ ਜਾਂਦੇ ਆ ਕੋਈ ਵਹੀਕਲ ਨਹੀਂ ਜਾਣ ਦਿੰਦਾ, ਮੁੰਡੇ ਤੇ ਚਲੋ ਕਿਸੇ ਨਾਲ ਚੜ ਕੇ ਚਲ ਕੇ ਜਾਂ ਤੇ ਮੋਟਰਸਾਈਕਲ ਤੇ ਚਲ ਗਏ। ਧੀਆਂ ਥੋੜਾ ਜਿਹਾ ਸੰਗਦੀਆਂ ਵੀ ਰਹਿ ਜਾਂਦੀਆਂ ਕਿ ਮਾਪੇ ਵੀ ਮੇਰ ਕਰ ਜਾਂਦੇ ਆ ਵੀ ਇਕੱਲੀ ਕੁੜੀ ਨੂੰ ਕਿੱਥੇ ਘੱਲਣਾ, ਪਰ ਧੀਆਂ ਜਿਹੜੀਆਂ ਮੁੰਡਿਆਂ ਨੂੰ ਵੱਧ ਇੰਟੈਲੀਜੈਂਟ ਹੁੰਦੀਆਂ, ਜੇ ਧੀਆਂ ਨੂੰ ਵੱਧ ਪੜ੍ਹਾਇਓ। ਮੈਂ ਹਰ ਥਾਂ ਤੇ ਗੱਲ ਕਰਦਾ ਨਾ, ਧੀਆਂ ਕਰਮ ਵਾਲੀਆਂ ਹੁੰਦੀਆਂ, ਜਿਹਦੇ ਘਰੇ ਪੁੱਤ ਜੰਮੇ ਉਹਦਾ ਇੱਕ ਭਾਗ ਹੋਵੇ ਤੇ ਉਹਦੇ ਪੁੱਤ ਜੰਮਦਾ ਤੇ ਜਿਹਦੇ 100 ਭਾਗ ਜਾਗਣ ਉਹਦੇ ਘਰੇ ਧੀ ਜਨਮ ਲੈਂਦੀ ਆ। ਜਿਹੜੇ ਘਰ ਜਿਹੜੇ ਘਰ ਚ ਜਨਮ ਲੈ ਲੈ ਨਾ ਉਸ ਘਰ ਦੀਆਂ 9 ਬੀਬੀਆਂ 12 ਸਿੱਧੀਆਂ ਹੋ ਜਾਂਦੀਆਂ। ਜਿਵੇਂ ਆਪਾਂ ਗੱਲ ਹੀ ਕਰ ਦਿੰਦੇ ਵੀ ਜੇ ਛੱਤ ਨੂੰ ਪਨਾਲਾ ਲੱਗਾ ਵੀ ਛੱਤ ਡੇ ਪੈਂਦੀ ਆ, ਇਸੇ ਤਰ੍ਹਾਂ ਧੀ ਜਿਹੜੀ ਉਹ ਘਰ ਨੂੰ ਪਨਾਲਾ ਵਾ, ਜਿਹਨਾਂ ਮਰਜ਼ੀ ਮੀਂਹ ਦੇ ਰਾਜੇ ਉਹ ਪਨਾਲੇ ਸਾਣੀ ਨਿਕਲ ਜਾਂਦਾ। ਧੀਆਂ ਜਿਹੜੀਆਂ ਮਾਪਿਆਂ ਦੀ ਭੈਣਾਂ ਦੀ ਭਰਾਵਾਂ ਦੀ ਸੁੱਖ ਮੰਗਦੀਆਂ ਤੇ ਕੋਸ਼ਿਸ਼ ਇਹੋ ਕਰਿਓ ਤੁਹਾਡਾ ਕੰਢੀ ਖੇਤਰ, ਮੁੰਡਿਆਂ ਨੂੰ ਤਾਂ ਪੜਾਉਣਾ ਪੜਾਉਣਾ, ਕੁੜੀਆਂ ਨੂੰ ਮੁੰਡਿਆਂ ਨੂੰ ਵੀ ਵੱਧ ਪੜਾਓ। ਸਾਡੀਆਂ ਕੁੜੀਆਂ DC, SSP, IG, DIG, DGP ਤੱਕ ਵੱਡੇ ਵੱਡੇ ਅਹੁਦਿਆਂ ਤੇ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਪ੍ਰਧਾਨ ਮੰਤਰੀ ਤੱਕ ਪਹੁੰਚ ਗਈਆਂ। ਤੇ ਕੀ ਗੱਲ ਦਸੂਏ ਏਰੀਏ ਦੀਆਂ ਜਾਂ ਪੰਜਾਬ ਦੀਆਂ ਧੀਆਂ, ਸਾਡੇ ਆ ਪਹਾੜੀ ਏਰੀਏ ਦੀਆਂ ਧੀਆਂ DC, SSP ਨਹੀਂ ਲੱਗ ਸਕਦੀਆਂ, ਬਸ ਲੋੜ ਤੇ ਪੜ੍ਹਾਈ ਦੀ ਆ। ਮਨੁੱਖ ਦਾ ਤੀਜਾ ਨੇਤਰ ਆ ਪੜ੍ਹਾਈ, ਜਿਹਨੇ ਪੜ੍ਹਾਈ ਕਰ ਲਈ ਉਹਦੀ ਤੀਜੀ ਅੱਖ ਲੱਗ ਗਈ, ਬਾਕੀ ਸਰਕਾਰ ਤੁਹਾਡੀ ਆਪਣੀ ਬਣੀ ਆ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਮਸੀਹਾ ਮੁੱਖ ਮੰਤਰੀ ਬਣੇ ਆ। ਪਹਿਲੀਆਂ ਸਰਕਾਰਾਂ ਦੇ ਵਿੱਚ
नौकरियां जरूर निकलदियां सन, मैरिट जरूर पांदी ही, पर ओ इस पहला मैं पिछलियां सरकारां दी गल दसण लगा, ओदे च की होया जदों पेपर आया अफसर ओही ने उन्हां की कीता एक पेन देता उन्हां बच्चियां नूं जिन्हां नाल सेटिंग होई, ओ पेन देता ओ पेन नाल जिहड़ी क्वेश्चन सीट आई ओ पेन नाल उत्तों मार के कैमरा ते ओ बाहर क्वेश्चन सीट चल गई भेजता, ओ की होया लागे लागे दे मुंडे इक पिंड दे पंज सत मुंडे सिलेक्ट हो गए, नाल दे पिंड दे दो तीन मुंडे सिलेक्ट हो गए, एक होर पिंड दे लागे लागे, इस तरह करके 40-50 बच्चे लागे लागे दे इक एरिए दे सिलेक्ट हो गए, इक ही हल्के दे सिलेक्ट हो गए। मुख्यमंत्री साहब नूं शक पिया, वह केस दिता विजिलेंस नूं, जदों विजिलेंस नूं केस दिता खंगालिया सारा कुछ, को अफसर मन गए भी आह कुछ होया, हुंदा की ही लोकां दीआं अक्खां च घट्टा पाउण लई मैरिट बनाई जांदी सी, पर मैरिट इसे तरीके दी बनदी ही, पेन दिते जांदे सी पिछलियां सरकारां दे विच जिहदे च कैमरा लगा सी, क्वेश्चन सीट बाहर चल जांदी सी ते बाहरों उस ओहो जिहे कैमरे वाले पेन नाल आंसर शीट सारा पेपर हल हो के अंदर चल जांदा सी, हुण जिहनूं 100 दा 100 नंबर दा पेपर बाहरों हल हो के आ जाणा उहने मैरिट ते उहने आउणा, जिहड़ा मेहनत करन वाला उहने रहि जाणा, उह जदों पता लगा उहनां अफसरां दे परचे दर्ज होए उह पेपर रद्द होया, दुबारा नवें सिरों फिर भर्ती होई, नोटिफिकेशन होया नवें सिरों वैकेंसियां कढ़ियां, पेपर होया जिहड़ा हाल बणिया जिहड़ा पेपर करन वास्ते हाल बणिया उहदे जैमर लगाए गए, कोई फोन नहीं अंदर जान दिता गया, कोई वाईफाई नहीं उत्थे चलिया, कोई फोन का नैटवर्क नहीं चलिया, बच्चों ने पेपर किया, वो बच्चे सिलेक्ट होए जिहड़े ग्रीन सन जिन्हां नूं आउंदा ही कुछ, जिहड़े वह सारे रह गए, तो क्यों शक पिया उन्हां बच्चों ने पहला पटवारी का टेस्ट दिता सारे फेल हुए, कहते 5 नंबर कहते 7 ते मैथ्स दर्ज फस्ट आ गए, वो भर्ती रद्द होई नवे सिरे होई, हुण जिन्नियां भर्तियां होंदियां मुख्यमंत्री साहब इसे तरह निगरानी जिहड़ा टेस्ट कराउंदे पेपर कराउंदे आ, आपे वह बच्चे सिलेक्ट होने आ जिहड़े बच्चे योग आ, मैं गल तां कीती आ ਤੁਸੀਂ ਕਿਸੇ ਗੱਲੋਂ ਘਬਰਾਉਣਾ ਨੀ, ਪਹਿਲਾਂ ਇਹ ਹੁੰਦਾ ਸੀ ਲੋਕਾਂ ਨੇ ਕਹਿਣਾ ਵੀ ਅਸੀਂ ਤੇ ਗਰੀਬ ਹੈ ਯਾਰ ਅਸੀਂ ਪੈਸੇ ਕਿੱਥੋਂ ਦੇਵਾਂਗੇ, ਪੈਸੇ ਵਾਲੇ ਨੂੰ ਨੌਕਰੀ ਮਿਲਣੀ ਹੈ ਜਾਂ ਜਿਹਦੀ ਮੰਤਰੀ ਮੁੱਖ ਮੰਤਰੀ MLA ਤੱਕ ਪਹੁੰਚ ਜਾ ਉਹਨੂੰ ਨੌਕਰੀ ਮਿਲਣੀ ਹੈ, ਹੁਣ ਤੁਸੀਂ ਇਹ ਫਿਕਰ ਨਾ ਕਰਿਓ, ਨਾ ਕੋਈ ਚੱਲਣੀ ਸਿਫਾਰਿਸ਼, ਨਾ ਕੋਈ ਚੱਲਣੀ ਰਿਸ਼ਵਤ ਤੇ ਨਾ ਕੋਈ ਭਾਈ ਭਤੀਜਾਵਾਦ, ਨਾ ਕਿਸੇ ਮੁੱਖ ਮੰਤਰੀ ਨੇ ਸਿਫਾਰਿਸ਼ ਕਰਨੀ, ਨਾ ਮੰਤਰੀ ਨੇ ਨਾ ਕਿਸੇ MLA ਨੇ, ਜਿਹੜਾ ਬੱਚਾ ਮੈਰਿਟ ਦੇ ਵਿੱਚ ਵੱਧ ਨੰਬਰ ਲੈ ਕੇ ਪਾਸ ਹੋ ਉਹ ਬੱਚੇ ਨੇ ਨੌਕਰੀ ਤੇ ਆਉਣਾ, बच्चे जज भी वह बन गए जो पढ़ के लिख के बन गए, बच्चे DC भी वह बन गए जो पढ़ लिख के इंटेलीजेंट बच्चे जो मैरिट के आएंगे, पिछलियां सरकारां वांग नहीं कि पेपर लीक हो जाए बाहरों पेपर हल हो गया जे, जेडे बच्चे को पेपर आ गया वह पास हो जूगा, जिन को ना आया वह भावे जिन्ना मर्जी इंटेलीजेंट हो गए उन्हें रह जाना, तो साध संगत अपनी सरकार के सरकार सरकार है अपनी सारे ढाई सारे 37-38 हज़ार के करीब नौकरियां दित्तियां नौजवान बच्चे बच्चियों को, ते ओ बच्चे सिलेक्ट होया जिहड़े बच्चे वाकई योग सन, जिहड़े बच्चों के नंबर वध आए पेपरां चो, जिहड़े बच्चे मैरिट दे विच आए उन्हां बच्चों नूं नौकरियां मिलियां, इस करके बेनती इहो आ आपदे बच्चों नूं पढ़ायो जरूर, भावें कुड़ियां साडियां धीआं ते भावें मुंडे आ, बच्चों नूं पढ़ायो जरूर ते नाल ग्राउंडां दे नाल गेमां दे नाल जोड़ो बच्चों नूं, क्योंकि जिहड़ा नशियां दा छेवां दरिया पिछलियां रवायती पार्टियां ने अपने पंजाब दे विच छेवा दरिया बनाया उन्होंने आप ही ठर सकते जे अं आपके बच्चों ग्राउंडा ना क्लबा ना गेमा ना जुड़ा, जिहड़ा बच्चा सवेरे तड़के उठ के 4:30-4 बजे ग्राउंड के चल गया उसका शरीर भी नरवा रहना और दिमाग भी नरवा रहना, पुठे पासे उसका ध्यान नहीं जाना, तो जे कोई बच्चा गलत राय पै गया जो आंढ गुआंढ चो चंगा बच्चा चंगी सेहत वाला सवेरे 4:30 उठ के ग्राउंड के आता वे अल वेख के जो गलत राय पाया उन्हें भी सही रस्ते से पैना उन्हें भी ग्राउंड वाले पासे हो जाना, जो कोई भी बच्चा ग्राउंड के जाता वे अल वेख के 10-20 बच्चे होर ग्राउंड मूह करते हैं, तो जो कोई गलत रस्ते से पैंता वह गलत रस्ते वाले की कोशिश होंगी है कि मैं तो गलत होया मैं आपके नाल कोई 2-4 होर गलत ड्यूटीदार बनावा, पर आप कोशिश करनी अपने बच्चों ग्राउंडा च भेजना ता जो उन्होंने वेख के 10-20 बच्चे होर ग्राउंड के जिमें कह देंगे नरोए शरीर के नरोआ मन वास करता, जेडे बच्चे ने सवेरे शाम ग्राउंड के प्रैक्टिस करनी है उन्हें चंगा ही सोचना चंगा ही करना परिवार ने भी चंगा करना, तो जिहड़ियां लुट्टां खूहां होंदियां डाकेबाजी के कतल होंदे आ कि ना कि नशियां का छेवां दरिया ये करके सारा सिस्टम मिलिया पाया, जे आप नशा रोकना पाया सानू अपने बच्चों को ग्राउंडा ना जोड़ना पौगा, जे आप चाहते हैं लुट्टां खूहां डाके कतल आ जिहड़ियां डकैतियां होंदियां क्राइम हुंदा ये आप बंद कराइए, तो मेरी बेनती आ भी नौजवान बच्चे बच्चिया ग्राउंडा के आने के सारा कुछ ऑटोमैटिक 90% बाल दत्ता कट जाएगा 90%,
बाकी मैं ਤੁਹਾਡਾ ਸਾਰਿਆਂ ਦਾ ਫੇਰ ਤੋਂ ਇੱਕ ਵਾਰ ਧੰਨਵਾਦ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਾਕੀ ਫੇਰ ਮੈਂ ਦੱਸਣ ਲੱਗਾ ਸਰਪੰਚਾਂ ਦੀ ਤਾਕਤ ਨੂੰ ਪਛਾਣਨ ਕਈ ਜਿਹੜਾ ਹੁੰਦਾ ਸਰਪੰਚ ਡਰ ਜਾਂਦੇ ਵੀ ਨਰੇਗਾ 'ਚ ਜੇ ਕੰਮ ਕਰਾਇਆ ਸ਼ਾਇਦ ਪੇਮੈਂਟ ਨਾ ਹੋ ਇਸ ਗੱਲੋਂ ਡਰ ਦੀ ਝਗੜ ਦੀ ਲੋੜ ਨਹੀਂ ਤੁਸੀਂ ਕੰਮ ਕਰਾਓ ਜਿੱਦਾਂ ਤੁਹਾਡਾ ਕੰਮ ਕੰਪਲੀਟ ਹੋ ਜੂ ਕੰਮ ਸਾਰਾ ਏਡੀਸੀ ਸਾਹਿਬ ਡੀਡੀਪੀਓ ਸਾਹਿਬ ਨੂੰ ਕਿਹੋ ਪ੍ਰੋਜੈਕਟ ਸਹੀ ਢੰਗ ਨਾਲ ਬਣਾ ਕੇ ਸਾਨੂੰ ਭੇਜਣ ਦੋ ਤੋਂ ਢਾਈ ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਇੱਕ ਇੱਕ ਰੁਪਈਆ ਇੱਕ ਇੱਕ ਲੇਬਰ ਦਾ ਰੁਪਈਆ ਇੱਕ ਇੱਕ ਤੁਹਾਡੇ ਮਟੀਰੀਅਲ ਦਾ ਸਾਰੀ ਤੁਹਾਡੀ ਪੇਮੈਂਟ ਕਰਾਂਗੇ ਕਿਸੇ ਦੀ ਇੱਕ ਰੁਪਈਆ ਨਹੀਂ ਰਹਿਣ ਦਿੰਦੇ ਤੇ ਕਈ ਸਾਡੇ ਸਰਪੰਚ ਭਰਾ ਸੈਕਟਰੀਆਂ ਤੇ ਡਿਪੈਂਡ ਨੇ ਅਫਸਰਾਂ ਤੇ ਡਿਪੈਂਡ ਨੇ ਵੀਰੋ ਸੈਕਟਰੀਆਂ ਦਾ ਕੰਮ ਸਿਰਫ ਇੰਨਾ ਵਾ ਜਿਹੜਾ ਰਿਕਾਰਡ ਆ ਉਹਨੂੰ ਸਾਂਭ ਸੰਭਾਲ ਕੇ ਰੱਖਣਾ ਉਹਨੂੰ ਪੂਰਾ ਕਰਕੇ ਰੱਖਣਾ ਕੰਮ ਸਾਰਾ ਕਰਨਾ ਹੁੰਦਾ ਸਰਪੰਚ ਨੇ ਸਰਪੰਚ ਲੋਕਾਂ ਦਾ ਚੁਣਿਆ ਨੁਮਾਇੰਦਾ ਹੁੰਦਾ ਗ੍ਰਾਮ ਸਭਾ ਦੇ ਇਜਲਾਸ ਸਤੋਂ ਪਿੰਡਾਂ ਦੇ ਵਿੱਚ ਗਾਂ ਆਪਾਂ ਇਹੋ ਕੋਸ਼ਿਸ਼ ਕਰਾਂਗੇ ਕਿ ਗ੍ਰਾਮ ਸਭਾ ਦੇ ਇਜਲਾਸ ਹੋਣ ਤੇ ਉਹਦੇ ਵਿੱਚ ਮਤੇ ਪਾਏ ਜਾਣ ਜਿਹੜਾ ਮਤਾ ਗ੍ਰਾਮ ਸਭਾ ਇਜਲਾਸ ਦੇ ਵਿੱਚ ਪੈ ਗਿਆ ਉਹ ਕੰਮ ਤੁਹਾਡਾ ਅਫਸਰਾਂ ਨੂੰ ਕਰਨਾ ਹੀ ਪੈਣਾ ਵਾ ਉਹ ਕੰਮ ਕੋਈ ਵੀ ਨਹੀਂ ਰੋਕ ਸਕਦਾ ਤੇ ਉਹਦੀ ਪੇਮੈਂਟ ਵੀ ਆਉਣੀ ਆਉਣੀ ਕੋਈ 1 ਰੁਪਿਆ ਨਹੀਂ ਰੋਕ ਸਕਦਾ ਇਸ ਕਰਕੇ ਬੇਨਤੀ ਆ ਸਰਪੰਚ ਮੇਰੇ ਭਰਾ ਭਾਵੇਂ ਦਸੂਏ ਹਲਕੇ ਦੇ ਆ ਤੇ ਭਾਵੇਂ ਪੂਰੇ ਪੰਜਾਬ ਦੇ ਆ ਜਿੰਨੇ ਵੀ ਨਰੇਗਾ ਦੇ ਵਿੱਚ ਤੁਸੀਂ ਕੰਮ ਵੱਧ ਤੋਂ ਵੱਧ ਵਿਕਾਸ ਆਪਦੇ ਪਿੰਡਾਂ ਦਾ ਕਰਾ ਸਕਦੇ ਜੇ ਕਰਾਓ ਕਿਉਂਕਿ ਜਿਹੜਾ ਵੀ ਸਰਪੰਚ ਜਾਂ ਐਮਐਲਏ ਜਾਂ ਮੰਤਰੀ ਮੁੱਖ ਮੰਤਰੀ ਕੋਈ ਵੀ ਆਪਦੇ ਹਲਕੇ ਦਾ ਆਪਦੇ ਪਿੰਡ ਦਾ ਆਪਦੇ ਇਲਾਕੇ ਦਾ ਵਿਕਾਸ ਕਰਾਏ ਜਿੰਨਾ ਚਿਰ ਦੁਨੀਆ ਰਵੇ ਉਹਦਾ ਨਾਂ ਲੋਕ ਲੈਂਦੇ ਰਹਿੰਦੇ ਆ ਵੀ ਫਲਾਣਾ ਫਲਾਣੀ ਟਾਈਮ ਸਰਪੰਚ ਬਣਿਆ ਇਸ ਪਿੰਡ ਦਾ ਉਹਨੇ ਆਹ ਕੰਮ ਕੀਤਾ ਇਹ ਤੇ ਸਦਾ ਜਿੰਦਾ ਰਹਿਣ ਵਾਲੀ ਗੱਲ ਬਣ ਜਾਂਦੀ ਆ ਇਸ ਕਰਕੇ ਮੇਰੀ ਬੇਨਤੀ ਆ ਸਰਪੰਚਾਂ ਨੂੰ ਨਰੇਗਾ ਦੇ ਵਿੱਚ ਵੱਧ ਤੋਂ ਵੱਧ ਕੰਮ ਚਲਾਓ ਨਰੇਗਾ ਉਹ ਸਮੁੰਦਰ ਆ ਸ਼ਾਮਾਂ ਨੂੰ ਸਾਰਾ ਖਾਲੀ ਕਰ ਦਿਓ ਤੇ ਸੈਂਟਰ ਦੀ ਉਹ ਵੱਡੀ ਸਕੀਮ ਹੈ ਰਾਤ ਰਾਤ ਫੇਰ ਸਾਰਾ ਭਰ ਜਾਂਦਾ ਜਿਵੇਂ ਫੇਰ ਜਿੰਨਾ ਮਰਜ਼ੀ ਕੰਮ ਕਰਾ ਲਓ ਤੇ ਜਿੰਨੇ ਵੀ ਲੋੜਵੰਦ ਪਰਿਵਾਰ ਆ ਭਾਵੇਂ ਐਸੀ ਪਰਿਵਾਰ ਨੇ ਪੀਸੀ ਨੇ ਜਰਨਲ ਨੇ ਕਿਸੇ ਵੀ ਕੈਟਾਗਰੀ ਦੇ ਵਿੱਚ ਜਿਹੜਾ ਲੋੜਵੰਦ ਪਰਿਵਾਰ ਆ ਸਾਰਿਆਂ ਦੇ ਜੌਬ ਕਾਰਡ ਬਣਾਓ ਵੱਧ ਤੋਂ ਵੱਧ ਨਰੇਗਾ ਦੇ ਵਿੱਚ ਲੋਕਾਂ ਨੂੰ ਕੰਮ ਮਿਲੇ ਦਿਹਾੜੀ ਮਿਲੇ ਤਾਂ ਜੋ ਲੋਕਾਂ ਦਾ ਚੁੱਲ੍ਹਾ ਚੱਲ ਸਕੇ ਤੁਹਾਡਾ ਤੇ ਕੰਢੀ ਏਰੀਆ ਕੰਢੀ ਖੇਤਰ ਆ ਇੱਥੇ ਰੁਜ਼ਗਾਰ ਦੇ ਵਸੀਲੇ ਘੱਟ ਨੇ ਤੇ ਵੱਧ ਤੋਂ ਵੱਧ ਨਰੇਗਾ ਦੇ ਜੌਬ ਕਾਰਡ ਬਣ ਤਾਂ ਜੋ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਘਰ ਦਾ ਰੋਟੀ ਪਾਣੀ ਚੱਲ ਸਕੇ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲ ਸਕੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਚੱਲ ਸਕੇ ਤੇ ਸਾਧ ਸੰਗਤ ਇਹ ਪਹਿਲੀ ਵਾਰ ਆਇਆ ਮੈਂ ਆਪ ਪਿੰਡਾਂ ਦੇ ਵਿੱਚ ਜਾਣਾ ਸਾਡੀਆਂ ਕਈ ਭੈਣਾਂ ਮੈਨੂੰ ਮਿਲਦੀਆਂ ਤਾਂ ਉਹ ਕਹਿ ਦਿੰਦੀਆਂ ਵੀ ਸਾਨੂੰ ਤਾਂ ਪਤਾ ਲੱਗਾ ਪਹਿਲੀ ਵਾਰ ਸਰਕਾਰ ਦੇ ਵਿੱਚ ਨਰੇਗਾ ਦਾ ਕੰਮ ਲਿਆ ਵੀ ਨਰੇਗਾ 'ਚ ਵੀ ਦਿਹਾੜੀ ਮਿਲਦੀ ਆ ਪਹਿਲੀਆਂ ਸਰਕਾਰਾਂ 'ਚ ਨਰੇਗਾ ਚੱਲਦੀ ਰਹੀ ਸਿਰਫ ਕਾਰਡਾਂ ਤੇ ਉਹ ਸਰਪੰਚਾਂ ਦੀਆਂ ਜੇਬਾਂ 'ਚ ਪਏ ਰਹਿਣੇ ਕਾਰਡ ਤੇ ਜਿਹੜੀ ਹਿਸਾਬ ਕਿਤਾਬ ਹੈ ਉਹ ਸਰਪੰਚ ਨੇ ਕਰਕੇ ਐਮਐਲਏ ਨੂੰ ਦੇ ਆਉਣਾ ਜਿਹੜੇ ਲੋਕ ਨਾ ਤੇ ਉਹਨਾਂ ਦਿਹਾੜੀ ਕਰਨ ਜਾਣਾ ਤੇ ਨਾ ਉਹਨਾਂ ਦੇ ਖਾਤੇ ਕੋਈ ਪੈਸਾ ਆਉਣਾ ਹੁਣ ਲੋਕ ਮੇਰੀਆਂ ਭੈਣਾਂ ਮੇਰੇ ਵੀਰ ਦਿਹਾੜੀ ਕਰਦੇ ਆ ਕੰਮ ਕਰਦੇ ਤੇ ਪੈਸੇ ਵੀ ਉਹਨਾਂ ਦੇ ਖਾਤੇ 'ਚ ਆਉਂਦੇ ਆ ਉਹ ਉਹਨਾਂ ਦੀ ਜੇਬ ਜਾ ਕੇ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲਦਾ ਨਹੀਂ ਤੇ ਅੱਗੇ ਸਰਪੰਚਾਂ ਜੇਬ 'ਚ ਜਾ ਕੇ ਤੇ ਐਮਐਲਏ ਨੂੰ ਬੈਕ ਹੋ ਜਾਣੀ ਸਾਧ ਸੰਗਤ ਤਗੜੇ ਹੋ ਕੇ ਆਪਦੇ ਪਿੰਡਾਂ ਦਾ ਕੰਮ ਕਰਾਓ ਇੱਕ ਤੇ ਤੁਸੀਂ ਨਰੇਗਾ ਦੇ ਵਿੱਚ ਹਰ ਤਰ੍ਹਾਂ ਦਾ ਕੰਮ ਕਰਾ ਸਕਦੇ ਹੋ ਨਰੇਗਾ ਉਹ ਸਕੀਮ ਹੈ ਸੈਂਟਰ ਦੀ ਜਿਹਦੇ ਵਿੱਚ ਆਪਾਂ ਭਾਵੇਂ ਸਟੇਡੀਅਮ ਬਣਾਉਣਾ ਸਕੂਲ ਦੀ ਚਾਰ ਦੀਵਾਰੀ ਕਰਨੀ ਆ ਛੱਪੜ ਦਾ ਕੰਮ ਕਰਾਉਣਾ ਪਿੰਡ ਦੀਆਂ ਗਲੀਆਂ ਬਣਾਉਣੀਆਂ ਪਿੰਡ ਦੀਆਂ ਫਿਰਨੀਆਂ ਬਣਾਉਣੀਆਂ ਕਿਹੜਾ ਕੰਮ ਹੈ ਜਿਹੜਾ ਨਰੇਗਾ ਦੇ ਵਿੱਚ ਆਪਾਂ ਜਿਹੜਾ ਉਹ ਨਹੀਂ ਕਰਾ ਸਕਦੇ ਹਰ ਤਰ੍ਹਾਂ ਦਾ ਕੰਮ ਆਪਾਂ ਨਰੇਗਾ 'ਚ ਕਰਾ ਸਕਦੇ ਹਾਂ ਤੇ ਕਿਸੇ ਗੱਲੋਂ ਤੁਹਾਨੂੰ ਸੰਗਣ ਝਗਣ ਦੀ ਲੋੜ ਨਹੀਂ ਜਿੱਦਣ ਕੰਮ ਕੰਪਲੀਟ ਹੋ ਗਿਆ ਤੁਹਾਡੀ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆਊਗੀ ਤੁਹਾਡੀ ਲੇਬਰ ਤੁਹਾਡੇ ਖਾਤੇ ਦੇ ਵਿੱਚ ਆਊਗੀ ਤੇ ਮੈਂ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜਿੰਨੇ ਪੰਚਾਇਤ ਮਹਿਕਮੇ ਦੇ ਅਫਸਰ ਤੇ ਪਾਣ ਆਏ ਆ ਸਾਡੇ ਐਮਐਲਏ ਸਾਹਿਬ ਸਰਦਾਰ ਕਰਮਵੀਰ ਸਿੰਘ ਘੁੰਮਟੀ ਸਰਪੰਚ ਸਰਪੰਚ ਮੇਰੀਆਂ ਭੈਣਾਂ ਮੇਰੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਤੇ ਧੰਨਵਾਦ ਜੀ।